ਵਾਹਿਗੁਰੂ 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 ਵਾਹਿਗੁਰੂ। ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਸੰਗਤ ਜੀ। ਜੋ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਹਾਂ, ਗੁਰਮੁਖੋ 10 ਮਾਰਚ ਨੂੰ ਫੈਸਲੇ ਹੋਣੇ ਨੇ ਇਲੈਕਸ਼ਨ ਦੇ, ਪਤਾ ਲੱਗਣਾ ਜਿੱਤ ਹਾਰ ਦਾ। ਔਰ 10 ਮਾਰਚ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਰੁਝਾਨ ਵੇਖਣ ਨੂੰ ਮਿਲ ਰਹੇ ਨੇ, ਨਤੀਜੇ ਆ ਹੀ ਚੁੱਕੇ ਨੇ, ਵੱਡੇ ਵੱਡੇ ਮੰਤਰੀਆਂ ਦੇ ਹੋਸ਼ ਉੱਡ ਗਏ ਨੇ। ਅਤੇ ਆਓ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪੰਜਾਬ ਪੱਖ ਦੇ ਲਈ। ਫਤਿਹ ਬੁਲਾਓ, ਆਰੰਭ ਤੈਅ ਕਰੀਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਵੱਡੇ ਚਿਹਰਿਆਂ ਨੂੰ ਬਹੁਤ ਸੋਚ ਹੈ, ਵੱਡੇ ਵੱਡੇ ਮੰਤਰੀਆਂ ਨੂੰ ਪਸੀਨੇ ਛੁੱਟਣੇ ਸ਼ੁਰੂ ਹੋ ਗਏ ਨੇ, ਬਹੁਤ ਜ਼ਿਆਦਾ ਨਿਗਾਹ ਟਿਕੀ ਹੋਈ ਹੈ ਪੰਜਾਬ ਦੀ ਸਿਆਸਤ, ਐਤਕੀ ਗਰਮਾਈ ਹੈ। ਔਰ ਅੰਕੜਿਆਂ ਦੇ ਮੁਤਾਬਕ ਅੱਜ ਜੇ ਆਪਾਂ ਵੇਖੀਏ ਵੀ ਵੋਟਿੰਗ ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਸੀ, 78% ਵੋਟਿੰਗ ਪਹਿਲਾਂ ਹੋਈ ਸੀ, ਅਤੇ ਐਤਕੀ ਪਹਿਲਾਂ ਨਾਲੋਂ ਵੀ ਘੱਟ ਗਈ ਹੈ। ਅੰਕੜੇ ਦੱਸਦੇ ਨੇ ਵੀ 71% ਹੀ ਵੋਟਿੰਗ ਹੋਈ ਹੈ। ਇੱਥੋਂ ਪਤਾ ਚੱਲਦਾ ਕਿ ਲੋਕ ਹੁਣ ਸਿਆਣੇ ਹੋ ਗਏ, ਲੋਕਾਂ ਦਾ ਰਾਜਨੀਤੀ ਤੋਂ, ਰਾਜਨੀਤਿਕ ਬੰਦਿਆਂ ਤੋਂ, ਪੋਲੀਟੀਕਲ ਬੰਦਿਆਂ ਤੋਂ ਜਿਹੜਾ ਆ ਉਹ ਵਿਸ਼ਵਾਸ ਉੱਠ ਚੁੱਕਿਆ, ਲੋਕ ਤੰਗ ਆ ਚੁੱਕੇ ਨੇ। ਆਪਣਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਪਰ ਜੋ ਗੱਲ ਸੱਚ ਦੀ ਹੈ, ਜੋ ਗੱਲ ਪੰਜਾਬ ਦੀ ਹੈ, ਜੋ ਸੱਚ ਲਈ ਹੈ, ਲੋਕਾਂ ਦੇ ਹੱਕਾਂ ਲਈ ਹੈ, ਉਹ ਗੱਲ ਆਪਾਂ ਇੱਥੇ ਸਾਂਝੀ ਜ਼ਰੂਰ ਕਰਾਂਗੇ, ਕਿਉਂਕਿ ਹੱਕ ਬਣਦਾ, ਡੈਮੋਕ੍ਰੇਸੀ ਹੱਕ ਹੈ ਆਪਣਾ। ਆਪਾਂ ਆਪਣੇ ਹੱਕ ਦੀ ਗੱਲ ਕਰ ਸਕਦੇ ਹਾਂ, ਆਪਾਂ ਆਪਣੇ ਹੱਕ ਦੇ ਲਈ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ, ਆਪਾਂ ਆਪਣੇ ਹੱਕ ਲਈ ਬੋਲ ਸਕਦੇ ਹਾਂ, ਪਰ ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਸਾਡੇ ਤਾਂ ਵੀ ਬੋਲਦੇ ਨੇ, ਡਰਦੇ ਨੇ, ਡਰਾ ਦਿੱਤਾ ਜਾਂਦਾ ਭਾਈ। ਔਰ ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਬੀਪੀ ਦੇ ਗੇੜੇ ਵੱਧ ਰਹੇ ਨੇ, ਘੱਟ ਰਹੇ ਨੇ, ਜਿਵੇਂ ਜਿਵੇਂ 10 ਮਾਰਚ ਇੱਕ ਇਹੋ ਜਿਹਾ ਦਿਨ ਹੈ, ਉਹ 10 ਮਾਰਚ ਨੂੰ ਤਕਰੀਬਨ 11-12 ਵਜੇ ਪਤਾ ਲੱਗ ਜਾਣਾ ਵੀ ਕੌਣ ਜਿੱਤਿਆ ਅਤੇ ਕੌਣ ਹਾਰਿਆ, ਕਿਹਦੀ ਸਰਕਾਰ ਬਣੀ ਹੈ, ਭਾਵੇਂ ਖਿਚੜੀ ਬਣੀ ਹੈ, ਭਾਵੇਂ ਨਿਰਪੱਖ ਇੱਕ ਪੱਖ ਦੀ ਸਰਕਾਰ ਬਣੀ ਹੈ, ਉਹ ਸਭ ਕੁਝ ਕਲੀਅਰ ਹੋ ਜਾਏਗਾ। ਹੁਣ ਜਿਹੜੇ ਵੱਡੇ ਵੱਡੇ ਚਿਹਰੇ ਨੇ, ਹੁਣ ਪੰਜਾਬ ਦੀ ਸਿਆਸਤ ਗਰਮਾਈ ਹੈ ਇਸ ਵਾਰ, ਕਿਉਂਕਿ ਬਹੁਤ ਵੱਡੇ ਵੱਡੇ ਮੰਤਰੀ ਇੱਕ ਦੂਜੇ ਦੇ ਖਿਲਾਫ ਬੋਲਣ ਵਾਲੇ, ਚਿੱਕੜ ਉਛਾਲਣ ਵਾਲੇ ਅੱਜ ਆਪਣੀਆਂ ਹੀ ਸੀਟਾਂ ਤੋਂ ਹਾਰਦੇ ਨਜ਼ਰ ਆ ਰਹੇ ਨੇ। ਸਾਡਾ ਇੱਕ ਨੌਜਵਾਨ ਵੀਰ ਹੈ ਜੋ ਪ੍ਰੈਸ ਵਿੱਚ ਕੰਮ ਕਰਦੇ, ਉਹਨਾਂ ਨੇ ਸਰਵੇ ਕੀਤੇ, ਸਰਵੇ ਦੇ ਵਿੱਚੋਂ ਜਿਹੜੇ ਅੰਕੜੇ ਨਿਕਲ ਕੇ ਬਾਹਰ ਆਏ ਨੇ, ਜੇ ਅੰਕੜਿਆਂ ਦੀ ਆਪਾਂ ਗੱਲ ਕਰੀਏ, ਉਹ ਅੰਕੜੇ ਨਿਕਲ ਕੇ, ਸਮੀਕਰਨ ਨਿਕਲ ਕੇ ਬਾਹਰ ਆਉਂਦੇ ਨੇ ਕਿ ਵੱਡੇ ਵੱਡੇ ਜਿਹੜੇ ਮੰਤਰੀ ਨੇ, ਔਰ ਭਾਵੇਂ ਉਹ ਕਾਂਗਰਸੀ ਹੋਣ, ਭਾਵੇਂ ਅਕਾਲੀ ਹੋਣ, ਭਾਵੇਂ ਝਾੜੂ ਵਾਲੇ ਹੋਣ, ਭਾਵੇਂ ਕੋਈ ਹੋਰ ਹੋਵੇ, ਉਹ ਕਿਤੇ ਨਾ ਕਿਤੇ ਆਪਣੀਆਂ ਸੀਟਾਂ ਹਾਰਦੇ ਦਿਖਾਈ ਦੇ ਰਹੇ ਨੇ। ਮੈਂ ਬੇਨਤੀ ਕਰੂੰਗਾ, ਹਾਰਨ ਭਾਵੇਂ ਜਿੱਤਣ, ਇਹਨਾਂ ਸਵਾਰਨਾ ਕੱਖ ਨਹੀਂ, ਭਾਵੇਂ ਕੋਈ ਵੀ ਹੋਵੇ, ਕੋਈ ਇੱਕ ਅੱਧਾ ਬੰਦਾ ਚੰਗਾ ਹੋ ਸਕਦਾ ਜਿਹਦੇ ਬਾਰੇ ਮੈਨੂੰ ਨਾ ਪਤਾ ਹੋਵੇ, ਪਰ ਮੈਨੂੰ ਇੰਨਾ ਕੁ ਪਤਾ ਇਹ ਸਾਰੇ ਬੰਦੇ ਬੇਕਾਰ ਨੇ, ਇਹਨਾਂ ਨੇ ਕੁਝ ਨਹੀਂ ਸਵਾਰਨਾ, ਸਿਰਫ ਆਪਣੀ ਕੁਰਸੀ ਦੇ ਭੁੱਖੇ ਨੇ,
ਆਪਣੀ ਪਾਵਰ ਦੇ ਭੁੱਖੇ ਨੇ। ਇਹ ਆਮ ਜਨਤਾ ਨੂੰ ਕੁਝ ਨਹੀਂ ਦੇ ਸਕਦੇ, ਆਪਣੇ ਚਮਚਿਆਂ ਦਾ ਸਵਾਰ ਸਕਦੇ ਨੇ, ਆਪਣੇ ਲਾਲਚ ਨੂੰ ਕੰਮ ਕਰ ਸਕਦੇ ਨੇ, ਆਪਣੀ ਕੁਰਸੀ ਦਾ ਮੋਹ ਕਰ ਸਕਦੇ ਨੇ। ਹੋਰ ਇਹਨਾਂ ਦੇ ਬਿਲਕੁਲ ਵੀ ਕੋਈ ਵੱਸ ਵਿੱਚ ਨਹੀਂ ਆ। ਇਹ ਪੰਜਾਬ ਦੇ ਦਰਦੀ ਨਹੀਂ ਨੇ। ਤੁਸੀਂ ਵੇਖਿਆ ਹੋਣਾ, ਅਕਾਲੀਆਂ ਦੀ ਸਰਕਾਰ ਰਹੀ, ਉਹਨਾਂ ਕੱਖ ਨਹੀਂ ਕੀਤਾ। ਚਲੋ ਜੇ ਮਾੜਾ ਮੋਟਾ ਕੀਤਾ ਵੀ ਹੈ, ਚਲੋ ਉਹ ਗੱਲ ਇੱਕ ਵੱਖ ਸਾਈਡ 'ਤੇ ਰਹਿ ਜਾਂਦੀ ਹੈ, ਪਰ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਗਈ। ਕਾਂਗਰਸ ਨੇ ਤਾਂ ਜੋ ਕੁਝ ਕੀਤਾ 84 ਦੇ ਵਿੱਚ ਉਹ ਸਾਰਿਆਂ ਨੂੰ ਇਹ ਪਤਾ। ਇਹ ਕਹਿੰਦੇ ਜੀ ਮਾਫ਼ੀ ਮੰਗ ਲਈ ਜੀ, ਸਭ ਕੁਝ ਹੋ ਗਿਆ। ਮੈਂ ਇਹ ਕਹਿੰਦਾ ਵੀ ਤੁਹਾਡੇ ਮੂੰਹ 'ਤੇ ਕੋਈ ਦੋ ਚਪੇੜਾਂ ਮਾਰ ਕੇ ਬਾਅਦ 'ਚ ਮਾਫ਼ੀ ਮੰਗ ਲਏ, ਉਹ ਗੱਲ ਕਿੱਧਰ ਨੂੰ ਜਾਏਗੀ? ਤੁਸੀਂ ਉਹਨੂੰ ਮਾਫ਼ ਕਰ ਦੋਗੇ? ਗਲਤੀ ਤਾਂ ਗਲਤੀ ਹੈ ਨਾ, ਕਸੂਰ ਤਾਂ ਪੁੱਛਾਂਗੇ ਨਾ ਵੀ ਕਿਉਂ ਮਾਰੇ। ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਬਾਅਦ 'ਚ ਮਾਫ਼ੀ ਮੰਗ ਲਈ। ਇਹ ਕੋਈ ਮਾਫ਼ੀ ਦਾ ਵਿਸ਼ਾ ਨਹੀਂ ਸੀ, ਕਨਸੈਪਟ ਨਹੀਂ ਸੀ। ਕਿਉਂ ਕੀਤਾ ਇਹਦਾ ਜਵਾਬ ਦਿਓ, ਕਿਉਂ ਹੋਇਆ? 1984 ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। 153 ਦਿਨਾਂ ਬਾਅਦ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਿਆ ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ। ਬਾਅਦ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ, ਕਿਉਂ ਹੁੰਦੀ ਹੈ ਜੀ? ਔਰ ਮਹਾਤਮਾ ਗਾਂਧੀ, ਉਹਨੂੰ ਮਾਰਨ ਵਾਲਿਆਂ ਨੇ ਜਦੋਂ ਮਾਰਿਆ ਉਦੋਂ ਨਸਲਕੁਸ਼ੀ ਕਿਉਂ ਨਹੀਂ ਹੋਈ? ਕਿਉਂ ਇਹ ਸਿੱਖਾਂ ਨੇ ਕੀਤਾ, ਉਹ ਹਿੰਦੂਆਂ ਨੇ ਕੀਤਾ? ਹਿੰਦੂ ਵੀ ਸਾਡੇ ਭਰਾ ਨੇ, ਪਰ ਉਹ ਗੱਲ ਵੱਖਰੀ ਹੈ। ਕੁਝ ਅਨਸਰ ਸਾਡੇ ਵਿੱਚੋਂ ਇਹੋ ਜਿਹੇ ਛੱਡੇ ਹੋਏ ਨੇ ਜੋ ਸਾਨੂੰ ਆਪਣਾ ਮੰਨਦੀ ਨਹੀਂ, ਆਪਣਾ ਭਰਾ ਨਹੀਂ ਮੰਨਦੇ। ਸਾਡੇ ਵਿੱਚ ਪਿਆਰ ਇੱਕ ਹੈ, ਪਰ ਉਹ ਫਿੱਕ ਪਾਉਣ 'ਤੇ ਲੱਗੇ ਹੋਏ ਨੇ। ਨਹੀਂ ਨਹੀਂ, ਹਿੰਦੂ ਵੱਖਰੇ ਨੇ ਜੀ, ਸਿੱਖ ਵੱਖਰੇ ਨੇ, ਮੁਸਲਮਾਨ ਵੱਖਰੇ ਨੇ, ਨਹੀਂ ਕੋਈ ਵੱਖਰਾ ਨਹੀਂ। ਪਾਤਸ਼ਾਹ ਕਹਿੰਦੇ ਨੇ ਇਨਸਾਨੀਅਤ ਸਭ ਤੋਂ ਵੱਡੀ ਹੈ, ਚੰਗੇ ਇਨਸਾਨ ਬਣੋ, ਧਰਮਾਂ ਵਿੱਚ ਵੰਡੀਆਂ ਪਾ ਕੇ ਤੁਸੀਂ ਕਿਉਂ ਵੰਡਣ 'ਤੇ ਲੱਗੇ ਹੋਏ ਹੋ? ਸ਼ਰਮ ਕਰੋ, ਹੋਸ਼ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਵੀ ਹੋਕਾ ਦਿੱਤਾ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਨੂੰ ਇੱਕ ਬਣਾਇਆ। ਅਤੇ ਗੁਰਮੁਖੋ, ਜੇ ਅੱਜ ਆਪਾਂ ਵੱਖ ਵੱਖ ਹੋ ਰਹੇ ਹਾਂ, ਇਹਦੇ ਵਿੱਚ ਘਾਟ ਸਾਡੀ ਆਪਣੀ ਹੈ, ਕਿਸੇ ਹੋਰ ਦੀ ਨਹੀਂ, ਯਾਦ ਰੱਖਿਓ। ਖੈਰ, ਮੈਂ ਬੇਨਤੀ ਕਰਨੀ ਹੈ ਗੁਰਮੁਖੋ, ਅੱਜ ਹਰ ਕੋਈ ਬੰਦਾ ਇੱਕ ਦੂਜੇ 'ਤੇ ਚਿੱਕੜ ਉਛਾਲ ਕੇ ਹਟਿਆ। ਵੋਟਾਂ ਪਈਆਂ ਨੇ, ਵੋਟਾਂ ਪੈ ਗਈਆਂ, ਚੁੱਪ ਚਾਪ ਕਰਕੇ ਸਾਰੇ ਬੈਠ ਕੇ, ਜਿਹੜੇ ਕਹਿੰਦੇ ਸੀ ਨਾ ਇੱਦਾਂ ਕਰ ਦਿਆਂਗੇ, ਉਹ ਕਰ ਦਿਆਂਗੇ, ਕਿਸੇ ਨੇ ਕੁਝ ਨਹੀਂ ਕਰਨਾ, ਵੋਟਾਂ ਦੇ ਨਤੀਜੇ ਆ ਗਏ, ਆਹ ਵੇਖ ਲਿਓ ਤੁਸੀਂ, ਕੁਝ ਨਹੀਂ ਹੋਣਾ। ਹੁਣ ਆ ਥੋੜ੍ਹੇ ਦਿਨ ਹੋ ਗਏ, 2 ਦਿਨ ਦੀ ਗੱਲ ਹੋ ਗਈ ਨਾ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜਿਹੜਾ ਮਸਲਾ ਆ, ਉਹ ਕੇਜਰੀਵਾਲ ਸਰਕਾਰ ਕੋਲ ਹੈ, ਅਤੇ ਉਹ ਜਿਹੜੀ ਰਿਹਾਈ ਵਾਲੀ ਫਾਈਲ ਹੈ ਨਾ, ਉਹ 'ਤੇ ਸਾਈਨ ਨਹੀਂ ਹੋ ਰਹੇ। ਹੁਣ ਕਈ ਪਤਾ ਕੀ ਕਹਿੰਦੇ ਆ, ਇਹਦੇ ਵਿੱਚ ਕੇਜਰੀਵਾਲ ਦਾ ਕੀ ਰੋਲ? ਜਿੱਥੇ ਦੁਰਘਟਨਾ ਵਾਪਰਦੀ ਹੈ, ਜਿੱਥੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ, ਉਹ ਸਟੇਟ ਦਾ ਮੁੱਖ ਮੰਤਰੀ ਲਿਖ ਕੇ ਦਿੰਦਾ ਹੁੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਇਸ ਬੰਦੇ ਨੂੰ ਰਿਹਾ ਕੀਤਾ ਜਾਂਦਾ। ਹੁਣ ਦੇਖੋ, ਸੈਂਟਰ ਗੌਰਮੈਂਟ ਨੇ ਵੀ ਇਹ ਆਰਡਰ ਦੇ ਦਿੱਤੇ, ਮੰਨ ਲਈ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਰਿਹਾਈ ਦੇ ਆਰਡਰ ਦੇ ਦਿੱਤੇ, ਅਤੇ ਬਈ ਹੁਣ ਦਿੱਲੀ ਸਰਕਾਰ ਨੂੰ ਕੀ ਇਹਦੇ 'ਤੇ ਓਬਜੈਕਸ਼ਨ ਹੈ? ਕਿਉਂ ਨਹੀਂ ਸਾਈਨ ਹੋ ਰਿਹਾ? ਇਹਦਾ ਕੋਈ ਦੱਸੇ ਤਾਂ ਸੀ। ਹੁਣ ਕਹਿੰਦੇ ਜੀ ਸਾਡੇ ਕੋਲੋਂ, ਕਹਿੰਦੇ ਜੀ ਫਾਈਲ ਚਲੀ ਗਈ, ਉਹ ਲੈਫਟੀਨੈਂਟ ਗਵਰਨਰ ਕੋਲ ਪਈ ਹੈ, ਐੱਲ ਜੀ ਕੋਲ ਪਈ ਹੈ। ਹੁਣ ਐੱਲ ਜੀ ਸਾਫ਼ ਜਵਾਬ ਦੇ ਰਿਹਾ, ਉਹ ਕਹਿੰਦਾ ਮੇਰੇ ਕੋਲ ਫਾਈਲ ਹੀ ਨਹੀਂ ਆਈ। ਜੇ ਮੇਰੇ ਕੋਲ ਫਾਈਲ ਪਹੁੰਚੀ ਹੋਈ ਹੈ ਤਾਂ ਦਿੱਲੀ ਸਰਕਾਰ ਨੂੰ ਕਹੋ ਮੈਨੂੰ ਡਿਸਪੈਚ ਨੰਬਰ ਦੇਵੇ। ਕਿਉਂ ਖਿਲਵਾੜ ਬਣਾ ਰੱਖਿਆ ਸਾਡਾ? ਦਵਿੰਦਰ ਪਾਲ ਸਿੰਘ ਭੁੱਲਰ, ਜਿਹਨੂੰ ਕਿ 25-26 ਸਾਲ ਹੋ ਗਏ ਜੇਲ੍ਹ ਦੇ ਵਿੱਚ, 27ਵਾਂ ਸਾਲ ਲੱਗ ਗਿਆ,
ਹੁਣ ਸਰੀਰ ਵੀ ਬੁੱਢਾ ਹੋ ਚੁੱਕਿਆ ਉਸ ਦਾ, ਮਾਨਸਿਕ ਰੋਗੀ ਹੁਣ ਤੇ ਛੱਡ ਦਿਓ, ਹੱਥ ਬੰਨ ਕੇ ਬੇਨਤੀ ਆ ਆਪਣੇ ਘਰ ਆਵੇ। 3 ਕੁ ਮਹੀਨੇ ਉਹਦੇ ਵਿਆਹ ਨੂੰ ਹੋਏ ਸੀ ਜਦੋਂ ਪੁਲਿਸ ਚੁੱਕ ਕੇ ਲੈ ਗਈ, ਅੱਜ ਤੱਕ ਜੇਲ੍ਹ ਦੇ ਵਿੱਚ ਬੈਠਾ, ਹੁਣ ਤੇ ਛੱਡ ਦਿਓ। ਉਹਦੀ ਮਾਂ ਵੀ ਮਰ ਗਈ, ਕਹਿੰਦੀ ਮੈਂ ਆਪਣੇ ਬੱਚੇ ਨੂੰ ਵੇਖਣਾ, ਮੈਂ ਉਹਨੂੰ ਗਲ ਨਾਲ ਲਾਉਣਾ, ਛੱਡ ਦਿਓ। ਕਿਉਂ? ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਹੋਣੀ ਚਾਹੀਦੀ ਹੈ। ਕਿਸੇ ਨੇ ਮਸਲਾ ਚੁੱਕਿਆ? ਜੇ ਮਸਲਾ ਚੁੱਕਿਆ ਤਾਂ ਡਾਂਗਾ ਪੈਂਦੀਆਂ ਨੇ, ਚੁੱਪ ਕਰਾ ਦਿੱਤਾ ਜਾਂਦਾ। ਕਿਉਂ ਜੀ? ਉਹਨਾਂ ਨੂੰ ਹੱਕ ਨਹੀਂ ਆ, ਬਾਹਰੇ ਆ ਜਾਂਦੇ। ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਨ੍ਹਾਂ ਨੇ ਸ਼ਰੇਆਮ ਸਿੱਖ ਕੌਮ ਨਾਲ ਧੱਕਾ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਬਾਬੇ ਨਾਨਕ ਦੀ ਤੱਕੜੀ ਕਹਿ ਕਹਿ ਕੇ ਵੋਟਾਂ ਪਾਈਆਂ, ਅਤੇ ਯਾਦ ਰੱਖਿਓ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ, ਉਹ ਤੱਕੜੀ ਅਤੇ ਕੇਵਲ ਇਹਨਾਂ ਨੇ ਆਪਣੀ ਜ਼ਾਗੀਰ ਬਣਾ ਲਈ। ਉਹਦੇ ਨਾਲ ਇਹ ਪਤਾ ਨਹੀਂ ਕੀ ਕੁਝ ਤੋਲਦੇ ਪਏ ਨੇ। ਹਾਲੇ ਤੱਕ ਵੀ ਸਾਡੇ ਲੋਕ ਸਮਝ ਨਹੀਂ ਰਹੇ, ਹਾਲੇ ਤੱਕ। ਹੁਣ ਵੇਖਿਓ ਵੋਟਾਂ ਦੇ ਨਤੀਜੇ ਆ ਜਾਣਗੇ, 10 ਤਰੀਕ ਨੂੰ ਫੈਸਲਾ ਹੋ ਜਾਣਾ, ਢੋਲ ਢਮੱਕੇ ਵੱਜ ਹੱਟਣਗੇ, ਪਤਾ ਲੱਗ ਜੂ ਕੌਣ ਜਿੱਤਿਆ ਕੌਣ ਹਾਰਿਆ। ਅਤੇ ਜੇ ਕੋਈ ਨਵਾਂ ਵੀ ਆ ਗਿਆ, ਆਸ ਨਾ ਰੱਖਿਓ, ਸਾਡਾ ਕੁਝ ਸੰਵਰ ਜਾਏਗਾ। ਗੁਰਮੁਖੋ, ਆਪਾਂ ਨੇ ਆਪਣਾ ਕਮਾਉਣਾ ਅਤੇ ਆਪਣਾ ਖਾਣਾ, ਅਤੇ ਸਾਨੂੰ ਨਾ ਕੋਈ ਚੰਗੀ ਸਹੂਲਤ, ਨਾ ਕੋਈ ਲੈਣ ਨਾ ਦੇਣ, ਕੁਝ ਵੀ ਨਹੀਂ ਮਿਲਦਾ। ਬੇਨਤੀ ਕਰੂੰਗਾ, ਇੱਥੇ ਪੀਜ਼ਾ ਪਹੁੰਚਣ ਦੀ ਗਰੰਟੀ ਤਾਂ ਹੈ 30 ਮਿੰਟ ਦੇ ਵਿੱਚ, ਪਰ ਸਮੇਂ ਸਿਰ ਐਂਬੂਲੈਂਸ ਪਹੁੰਚਣ ਦੀ ਕੋਈ ਗਰੰਟੀ ਨਹੀਂ। ਭੁੱਲ ਜਿਓ, ਬਿਲਕੁਲ ਹੀ ਭੁੱਲ ਜਿਓ, ਕੋਈ ਨਹੀਂ, ਕੋਈ ਕੁਝ ਨਹੀਂ ਕਰਦਾ, ਇਸ ਗੱਲ ਨੂੰ ਬਿਲਕੁਲ ਹੀ ਵਿਸਾਰ ਦਿਓ। ਗੁਰਮੁਖੋ, ਇਹ ਬੇਨਤੀਆਂ ਮੈਂ ਤਾਂ ਕੀਤੀਆਂ ਨੇ ਕਿਉਂਕਿ ਸਾਨੂੰ ਆਪਣੇ ਆਪੇ ਵਿੱਚ ਪਤਾ ਲੱਗੇ, ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗੇ, ਅਸੀਂ ਖੁਦ ਪਹਿਚਾਣੀਏ, ਅਸੀਂ ਖੁਦ ਸਮਝੀਏ। ਗੁਰਮੁਖੋ, ਇਹਨਾਂ ਗੱਲਾਂ ਦੇ ਉੱਪਰ ਪਹਿਰਾ ਦੇਈਏ, ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਆਪਾਂ ਆਪਣੇ ਹੱਕਾਂ ਨੂੰ ਪਹਿਚਾਣੀਏ, ਆਪਾਂ ਇਹਨਾਂ ਨੂੰ ਸਵਾਲ ਕਰੀਏ, ਅਤੇ ਆਪਾਂ ਆਪਣੇ ਹੱਕ ਮੰਗੀਏ, ਅਤੇ ਕਿਤੇ ਨਾ ਕਿਤੇ ਆਪਾਂ ਚੰਗੇ ਇਨਸਾਨ ਬਣੀਏ, ਚੰਗੀ ਇਨਸਾਨੀਅਤ ਨੂੰ ਪ੍ਰਮੋਟ ਕਰੀਏ। ਐਵੇਂ ਫੋਕੀਆਂ ਲੀਡਰਾਂ ਪਿੱਛੇ ਫੋਕੀਆਂ ਫੜਾਂ ਮਾਰਦੇ, ਇਨਸਾਨੀਅਤ ਤੋਂ ਦੂਰ ਹੋ ਕੇ ਆਪਾਂ ਆਪਣੇ ਵਿੱਚ ਕਦੇ ਫਿੱਕ ਨਾ ਪਾਈਏ, ਆਪਸੀ ਭਾਈਚਾਰਕ ਸਾਂਝਾਂ, ਪਰਿਵਾਰਕ ਰਿਲੇਸ਼ਨ ਕਦੇ ਖਰਾਬ ਨਾ ਕਰੀਏ, ਮੇਰੀ ਇਹੋ ਬੇਨਤੀਆਂ ਨੇ। ਸਤਿਗੁਰੂ ਕਿਰਪਾ ਕਰਨ, ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਸ਼ੇਅਰ ਕਰਿਓ। ਭੁੱਲ ਚੁੱਕ ਲਈ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।